ਸਾਡੇ ਕੋਲ ਇੱਧਰ ਪਿਛਲੇ ਪਾਸੇ ਐਲ ਪੀ ਦੇ ਸਿਲੰਡਰਾਂ ਦੇ ਸਿਲੰਡਰ ਜੇ ਸੀ ਟੀ ਦੇ ਅੰਦਰ ਪਏ ਹੋਏ ਆ। ਜਦੋਂ ਅੱਗ ਲੱਗ ਗਈ ਅੱਧਾ ਫਗਵਾੜਾ ਬੰਬ ਦੇ ਧਮਾਕੇ ਵਾਂਗ ਉੱਡ ਜਾਊਗਾ। ਇਹ ਇਹ ਮਾਮਲਾ ਫਗਵਾੜਾ ਦੇ ਸ਼ਿਵਪੁਰੀ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਅਜਿਹਾ ਹਾਦਸਾ ਵਾਪਰਿਆ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਇਲਾਕੇ 'ਚ ਕਿਸੇ ਦੇ ਪਲਾਟ ਵਿੱਚ ਜੇ ਸੀ ਟੀ ਮਿਲ ਵੱਲੋਂ ਕੂੜਾ ਕਰਕਟ ਸੁੱਟਿਆ ਜਾਂਦਾ ਹੈ, ਜਿੱਥੇ ਭਿਆਨਕ ਅੱਗ ਲੱਗ ਜਾਂਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਸਗੋਂ 2-3 ਵਾਰ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਨੇੜੇ ਜੇ ਸੀ ਟੀ ਦੇ ਅੰਦਰ ਐਲ ਪੀ ਜੀ ਦੇ ਸਿਲੰਡਰ ਪਏ ਹੋਏ ਨੇ। ਜੇ ਇਹਨਾਂ ਸਿਲੰਡਰਾਂ ਤੱਕ ਅੱਗ ਪਹੁੰਚ ਗਈ ਤਾਂ ਧਮਾਕੇ ਦੇ ਨਾਲ ਅੱਧਾ ਫਗਵਾੜਾ ਸ਼ਹਿਰ ਉੱਡ ਜਾਵੇਗਾ, ਜਿਸ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇ ਸੀ ਟੀ ਮਿਲ ਵਾਲਿਆਂ 'ਤੇ ਜਲਦ ਤੋਂ ਜਲਦ ਨੱਥ ਪਾਈ ਜਾਵੇ। ਕੀ ਨਾਮ ਆਪਣਾ? ਮੇਰਾ ਨਾਮ ਕਮਲ ਸ਼ਿਵਪੁਰੀ। ਹਾਂਜੀ, ਮਹੱਲਾ ਸ਼ਿਵਪੁਰੀ ਤੋਂ ਬੋਲ ਰਹੇ ਹਾਂ ਜੀ। ਕੀ ਮਾਮਲਾ ਹੈ ਜਿਹੜਾ ਸਰ? ਇਹ ਜਿਹੜਾ ਮਾਮਲਾ, ਸਰਦਾਰ ਸੱਜਾ ਸਿੰਘ ਜਿਹੜੇ ਦਾ ਇੱਕ ਘਰ ਆ, ਉਹ ਆਪ ਅਮਰੀਕਾ ਚਲ ਗਿਆ। ਉਹਨਾਂ ਦੇ 2-3 ਖੇਤ ਇੱਥੇ ਹੈਗੇ ਆ, ਜਿਹਦੇ ਵਿੱਚ ਜੇ ਸੀ ਟੀ ਮਿਲ ਵਾਲੇ ਇੱਥੇ ਕੂੜਾ ਸੁੱਟਦੇ ਆ। 2-3 ਹੱਲੇ ਹੋ ਚੁੱਕੇ ਆ, 2-3 ਵਾਰੀ ਅੱਗ ਲੱਗ ਚੁੱਕੀ ਆ, ਜਦਕਿ ਫਾਇਰ ਬ੍ਰਿਗੇਡ ਆਉਂਦੀ ਆ ਅਤੇ ਅੱਗ ਬੁਝਾਉਂਦੀ ਆ। ਸਾਡੇ ਕੋਲ ਇੱਧਰ ਪਿਛਲੇ ਪਾਸੇ ਐਲ ਪੀ ਦੇ ਸਿਲੰਡਰਾਂ ਦੇ ਸਿਲੰਡਰ ਜੇ ਸੀ ਟੀ ਦੇ ਅੰਦਰ ਪਏ ਹੋਏ ਆ। ਜਦੋਂ ਅੱਗ ਲੱਗ ਗਈ ਅੱਧਾ ਫਗਵਾੜਾ ਬੰਬ ਦੇ ਧਮਾਕੇ ਵਾਂਗ ਉੱਡ ਜਾਊਗਾ। ਇਹ ਜਿੱਦਾਂ ਬੰਬ ਦਾ ਧਮਾਕਾ ਹੁੰਦਾ, ਇੱਦਾਂ ਇਹ ਧਮਾਕਾ ਹੋਊਗਾ। ਸਿਲੰਡਰ ਐਲ ਪੀ ਦੇ ਜਿਹੜੇ ਆ, ਉਹ ਜੇ ਸੀ ਟੀ ਮਿਲ ਦੇ ਆ ਬੈਕ ਸਾਈਡ 'ਤੇ ਇੱਥੇ ਪਏ, ਜਿੱਥੇ ਅੱਗ ਲੱਗਦੀ ਆ ਉਹਦੇ ਕੋਲ ਸਿਲੰਡਰ ਪਏ ਆ। ਅਤੇ ਸਾਡੇ ਮੁਹੱਲੇ ਵਿੱਚ ਕਈਆਂ ਜਨਾਨੀਆਂ ਨੂੰ ਸਾਹ ਦੀ ਪ੍ਰੋਬਲਮ ਆ, ਬੜੀਆਂ ਔਖੀਆਂ ਵਿਚਾਰੀਆਂ ਹੋ ਰਹੀਆਂ, ਇਹਦਾ ਬਹੁਤ ਤੰਗ ਆ ਇਹਨਾਂ ਨੂੰ। ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਇਹਨਾਂ ਨੂੰ ਜੇ ਸੀ ਟੀ ਵਾਲੇ ਜਿਹੜੇ ਕੂੜਾ ਸੁੱਟਦੇ, ਇਹਨਾਂ ਨੂੰ ਨੱਥ ਪਾਈ ਜਾਵੇ ਅਤੇ ਇੱਥੇ ਕੂੜਾ ਨਾ ਸੁੱਟਣ, ਨਾ ਇੱਦਾਂ ਦਾ ਕੋਈ ਹਾਦਸਾ ਹੋਵੇ। ਜੇ ਹਾਦਸਾ ਵਾਪਰਿਆ ਤਾਂ ਉਹਦੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਅਤੇ ਕੀ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਤੁਸੀਂ ਕੋਈ ਉੱਚ ਅਧਿਕਾਰੀ ਦੇ? ਅਸੀਂ ਇੱਕ ਵਾਰ ਦੱਸਿਆ ਸੀਗਾ, ਜਦੋਂ ਪਹਿਲਾਂ ਅੱਗ ਲੱਗੀ ਸੀ ਅਸੀਂ ਦੱਸਿਆ ਸੀ, ਉਸ ਵੇਲੇ ਵੀ ਫਾਇਰ ਬ੍ਰਿਗੇਡ ਆਈ ਸੀ ਅਤੇ ਉਦੋਂ ਅੱਗ ਬੁਝਾ ਗਈ ਸੀ। ਅੱਗ ਲੱਗਣ ਦਾ ਕਾਰਨ ਕੀ ਆ? ਮੇਨ ਮੇਨ ਆ ਪਤਾ ਨਹੀਂ, ਮਿਲਦਾ ਕਚਰਾ, ਮਿਲਦਾ ਜਿਹੜਾ ਕਚਰਾ ਆਉਂਦਾ ਜੀ ਉਹ ਇੱਥੇ ਸੁੱਟ ਜਾਂਦੇ। ਹੋਰ ਕੋਈ ਹੈ ਨਹੀਂ, ਕੋਈ ਥਾਂ ਹੈ ਨਹੀਂ ਜਿੱਥੇ ਕਚਰਾ ਸੁੱਟਣ। ਇੱਥੇ ਸ਼ਿਵਪੁਰੀ ਮੁਹੱਲੇ ਗਲੀ ਨੰਬਰ 4 ਦੇ ਪਿਛਲੇ ਪਾਸੇ 2 ਖੇਤ ਪਏ ਆ, ਇੱਥੇ ਕਚਰਾ ਸੁੱਟਦੇ ਆ, ਉਹਦੇ ਨਾਲ ਇੱਥੇ ਅੱਗ ਲੱਗ ਜਾਂਦੀ ਹੈ। ਕੀ ਤੁਸੀਂ ਮਤਲਬ ਕਿ ਕੋਈ ਉੱਚ ਅਧਿਕਾਰੀ ਨੂੰ ਕੱਲ੍ਹ ਨੂੰ ਕੋਈ ਮਿਲੋਗੇ? ਕੱਲ੍ਹ ਮਿਲਾਂਗੇ, ਕੱਲ੍ਹ ਐਸ ਐਸ ਪੀ ਸਾਹਿਬ ਨੂੰ ਵੀ ਦੱਸਾਂਗੇ ਅਤੇ ਏ ਡੀ ਸੀ ਸਾਹਿਬ ਨੂੰ ਵੀ ਦੱਸਾਂਗੇ ਅਤੇ ਐਸ ਡੀ ਸਾਹਿਬ ਨੂੰ ਵੀ ਦੱਸਾਂਗੇ ਜੀ। ਕੀ ਨਾਮ ਆਪਣਾ? ਭਾਈ ਮੇਰਾ ਨਾਮ ਹੈਗਾ ਕੁਲਵਿੰਦਰ ਸਿੱਧੂ ਜੀ। ਹਾਂਜੀ ਸਿੱਧੂ ਸਾਹਿਬ, ਇਹ ਕੀ ਮਾਮਲਾ ਜਿਹੜਾ? ਅਸੀਂ ਭਾਅ ਜੀ ਰਹਿੰਦੇ ਇੱਥੇ ਸ਼ਿਵਪੁਰੀ ਸੀਗੇ, ਠੀਕ ਹੈ ਜੀ। ਆਹ 3 ਵਾਰ ਚਾਂਸ ਹੋ ਗਿਆ, ਤੀਜਾ ਚਾਂਸ ਅੱਜ ਜਿਹੜੀ ਇਹਨਾਂ ਦੀ ਆ ਗੱਡੀ ਬੁਝਾਉਣ ਆਈ, ਅੱਗ ਬੁਝਾਉਣ ਆਈ ਆ। ਚਲੋ ਠੀਕ ਆ, ਅੱਜ ਦੀ ਅੱਗ ਹਮੇਸ਼ਾ ਉੱਧਰ ਨੂੰ ਹੀ ਵੱਧਦੀ ਆ। ਜੇ ਐਲ ਪੀ ਜੀ ਸਿਲੰਡਰਾਂ ਨੂੰ ਵੱਜਵੇ ਇਹ ਅੱਗ ਤਾਂ ਕੀ ਸਾਡਾ ਸ਼ਿਵਪੁਰੀ ਮੁਹੱਲਾ ਬਚੂਗਾ ਇਹਨਾਂ ਇਹ ਦੋਨਾਂ ਸਿਲੰਡਰਾਂ ਕਰਕੇ? ਇਹ ਜਿਹੜੀ ਐਲ ਪੀ ਜੀ ਸਿਲੰਡਰ ਹੈ ਕਿ ਕਿਸ ਕੰਪਨੀ ਦੇ? ਭਾਅ ਜੀ ਅੰਦਰ ਲਿਫਟ ਯੂਜ ਕਰਨ ਲਈ ਯੂਜ਼ ਕਰਦੇ ਆ ਇਹ ਐਲ ਪੀ ਜੀ ਗੈਸ ਆਪਣੀ। ਕਿਹੜੀ ਕੰਪਨੀ ਹੈ ਇਹ? ਜੇ ਸੀ ਟੀ ਦੀ ਆ, ਠੀਕ ਹੈ ਨਾ ਜੀ। ਇਹ 2 ਟੈਂਕਰ ਲੱਗੇ ਆ, 1000-1000 ਲੀਟਰ ਦੇ, ਪਤਾ ਨਹੀਂ ਕਿੰਨੇ ਕਿੰਨੇ ਲੀਟਰ ਦੇ ਲੱਗੇ ਆ ਇਹ ਅੰਦਰ। ਇਹ ਵੱਡਾ ਪ੍ਰੋਜੈਕਟ ਹੈ ਇਹਨਾਂ ਦਾ, ਠੀਕ ਹੈ ਨਾ ਜੀ। ਇਹ ਵੱਡੇ ਪ੍ਰੋਜੈਕਟ ਆ ਹੁਣ ਇਹਨਾਂ ਦੇ ਵਿੱਚ। ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਆਪਣੇ ਅਫਸਰ ਨੂੰ ਸੱਦੋ, ਮੌਕੇ ਦੇ ਨੂੰ, ਇਹ ਤੀਜਾ ਚਾਂਸ ਹੋ ਗਿਆ। ਉਹ ਕਹਿੰਦੇ ਹਲੇ ਆਉਂਦੇ ਜੀ ਆਉਂਦੇ। ਉਹ ਸਿਕਿਉਰਟੀ ਵਾਲਾ ਉਹਨਾਂ ਦਾ ਇੱਕੋ ਹੀ ਆ, ਇਹ ਆਪਣੀ ਕਮੇਟੀ ਦੀ ਗੱਡੀ ਆ ਜਿਹੜੀ ਅੱਗ ਬੁਝਾ ਰਹੀ ਹੈ ਇਸ ਵੇਲੇ। ਉਹਨਾਂ ਦਾ ਕੋਈ ਬੰਦਾ ਹੈ ਨਹੀਂ ਜੇ ਸੀ ਟੀ ਦਾ ਇੱਥੇ, ਠੀਕ ਹੈ ਨਾ ਜੀ। ਇਹ ਹੁਣ ਕਮੇਟੀ ਦੀ ਗੱਡੀ ਲੱਗੀ ਆ, ਉਹ ਆਪਣੇ ਮੁੰਡੇ ਆ ਉਹ। ਉੱਥੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਅਫਸਰ ਨੇ ਕਿਹਾ ਕਿ ਉਹਨਾਂ ਨੂੰ ਕੁਝ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਸ਼ਿਵਪੁਰੀ ਦੇ ਵਿੱਚ ਅੱਗ ਲੱਗੀ ਹੈ। ਖਬਰ ਮਿਲਦਿਆਂ ਹੀ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਅੱਜ ਫਾਇਰ ਬ੍ਰਿਗੇਡ ਫਗਵਾੜਾ ਨੂੰ ਫਾਇਰ ਸਟੇਸ਼ਨ 'ਤੇ ਆ ਕੇ ਤਕਰੀਬਨ ਸ਼ਾਮ 6:30 ਵਜੇ ਨਾ ਕੁਛ ਲੋਕਾਂ ਨੇ ਆ ਕੇ ਸੂਚਨਾ ਦਿੱਤੀ ਕਿ ਸ਼ਿਵਪੁਰੀ ਫਗਵਾੜਾ ਗਲੀ ਨੰਬਰ 4 ਦੇ ਨਾਲ ਇੱਕ ਪਲਾਟ ਦੇ ਵਿੱਚ ਅੱਗ ਲੱਗੀ ਹੋਈ ਹੈ, ਜਿਹਦੇ ਨਾਲ ਬਹੁਤ ਸਾਰਾ ਧੂੰਆਂ ਹੋ ਰਿਹਾ ਅਤੇ ਬਹੁਤ ਸਾਰਾ ਪੋਲਿਊਸ਼ਨ ਹੋ ਗਿਆ, ਜਿਹਦੇ ਨਾਲ ਆਸ ਪਾਸ ਦੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਕਾਫੀ ਤਕਲੀਫ ਆ ਰਹੀ ਹੈਗੀ। ਮੌਕੇ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਫਗਵਾੜਾ ਤੋਂ ਤੁਰੰਤ ਇੱਕ ਟੀਮ ਇੱਥੇ ਮੌਕੇ ਲਈ ਰਵਾਨਾ ਹੋਈ ਅਤੇ ਆ ਕੇ ਇੱਥੇ ਦੇਖਿਆ ਕਿ ਪਲਾਟ ਦੇ ਵਿੱਚ ਘਾਹ ਫੂਸ ਨੂੰ, ਵੇਸਟੇਜ ਨੂੰ, ਕੂੜੇ ਨੂੰ ਅੱਗ ਲੱਗੀ ਹੋਈ ਸੀਗੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਕਰ ਦਿੱਤੀ। ਅਤੇ ਮੌਕੇ 'ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅੱਗ ਔਰ ਧੂੰਆਂ ਦੋਨਾਂ ਹੀ ਚੀਜ਼ਾਂ 'ਤੇ ਕੰਟਰੋਲ ਕਰ ਲਿੱਤਾ ਗਿਆ ਹੈ ਅਤੇ ਫਾਇਰ ਬ੍ਰਿਗੇਡ ਫਗਵਾੜਾ ਨੂੰ ਇਸ ਧੂੰਏ ਨੂੰ ਕੰਟਰੋਲ ਕਰਨ ਦੇ ਲਈ, ਅੱਗ ਨੂੰ ਕੰਟਰੋਲ ਕਰਨ ਲਈ 3 ਫਾਇਰ ਟੈਂਡਰਾਂ ਦਾ ਇਸਤੇਮਾਲ ਕਰਨਾ ਪਿਆ, ਪਾਣੀ ਦਾ ਇਸਤੇਮਾਲ ਕਰਨਾ ਪਿਆ। ਅਤੇ ਮੈਂ ਇੱਕ ਵਾਰੀ ਆਸ ਪਾਸ ਦੇ ਲੋਕਾਂ ਤੋਂ ਪਹਿਲੇ ਤਾਂ ਬਹੁਤ ਸਾਰੀ ਮਾਫ਼ੀ ਮੰਗਣਾ ਚਾਹੂੰਗਾ ਕਿਉਂਕਿ ਬਹੁਤ ਕੁਛ ਸ਼ਰਾਰਤੀ ਅਨਸਰ ਜਾਂ ਕੁਛ, ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ ਵਰਡ, ਕੁਛ ਬੇਵਕੂਫ਼ ਲੋਕਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਫ਼ਰ ਕਰਨਾ ਪੈ ਰਿਹਾ ਹੈਗਾ। ਪੋਲਿਊਸ਼ਨ ਆਪਾਂ ਅੱਜ ਰੋਜ਼ ਨਿਊਜ਼ ਵਿੱਚ ਦੇਖ ਰਹੇ ਹੈਗੇ ਹਾਂ,
ਸਾਡੀ ਸੈਂਟਰ ਸਰਕਾਰ ਸਟੇਟ ਸਰਕਾਰ ਬਾਰ ਬਾਰ ਲੋਕਾਂ ਨੂੰ ਅਪੀਲ ਕਰ ਰਹੀ ਹੈਗੀ ਹੈ ਕਿ ਆਪਾਂ ਧੂੰਆਂ ਨਾ ਕਰੀਏ ਪੋਲਿਊਸ਼ਨ ਨਾ ਕਰੀਏ ਤਾਂ ਕਿ ਆਪਣੀ ਏਅਰ ਜੋ ਕੁਆਲਿਟੀ ਹੈ ਉਹ ਅੱਛੀ ਬਣੀ ਰਹੇ। ਮੈਂ ਇੱਕ ਤੁਹਾਡੇ ਰਾਹੀਂ ਇੱਕ ਵਾਰੀ ਫਿਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਪਲੀਜ਼ ਇੱਦਾਂ ਦਾ ਕੋਈ ਵੀ ਅੱਗ ਨਾ ਲਗਾਈ ਜਾਵੇ ਜਾਂ ਇੱਦਾਂ ਦਾ ਕੋਈ ਵੀ ਕੰਮ ਨਾ ਕੀਤਾ ਜਾਵੇ ਜਿੱਥੋਂ ਪੋਲਿਊਸ਼ਨ ਹੋਵੇ ਔਰ ਆਸ ਪਾਸ ਦੇ ਲੋਕਾਂ ਨੂੰ ਸਫ਼ਰ ਕਰਨਾ ਪਵੇ। ਅੱਗ ਲੱਗਣ ਦਾ ਕਾਰਨ ਕੀ ਹੈ ਸਰ ਮੁੱਖ? ਸਰ ਹਾਲੇ ਤਾਂ ਅੱਗ ਲੱਗਣ ਦਾ ਕਾਰਨ ਕੋਈ ਸਪਸ਼ਟ ਨਹੀਂ ਹੋ ਸਕਿਆ। ਇਹ ਖਾਲੀ ਪਲਾਟ ਹੈਗਾ, ਕਾਫੀ ਵੱਡਾ, ਇਹਦੇ ਵਿੱਚ ਕੂੜਾ ਆਸ ਪਾਸ ਦੇ ਲੋਕਾਂ ਵੱਲੋਂ ਸਿੱਟਿਆ ਗਿਆ ਹੈਗਾ ਜਾਂ ਕੁਛ ਹੋਰ ਪਰਾਲੀ ਵਗੈਰਾ ਇੱਥੇ ਪਈ ਹੋਈ ਆ। ਹੋ ਸਕਦਾ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਅੱਗ ਲਗਾ ਦਿੱਤੀ ਹੋਵੇ ਜਾਂ ਕੋਈ ਲੰਘਦਾ ਵੜਦਾ ਕੋਈ ਇੱਥੇ ਅੱਗ ਲਗਾ ਗਿਆ ਹੋਵੇ ਜਿਹਦੇ ਨਾਲ ਇੱਥੇ ਕਾਫੀ ਜ਼ਿਆਦਾ ਅੱਗ ਲੱਗ ਗਈ ਔਰ ਕਾਫੀ ਜ਼ਿਆਦਾ ਧੂੰਆਂ ਪੋਲਿਊਸ਼ਨ ਹੀ ਕ੍ਰੀਏਟ ਹੋ ਗਿਆ ਸੀ। ਫਗਵਾੜੇ ਦਾ ਸਿੰਗਟ੍ਰੋਨਿਕ ਪੰਜਾਬ ਵਿੱਚ ਸਭ ਤੋਂ ਸਸਤਾ ਬਣਿਆ ਮੋਬਾਈਲਾਂ ਦਾ ਸਟੋਰ, ਜਿੱਥੇ ਐਪਲ, ਸੈਮਸੰਗ, ਵੀਵੋ, ਓਪੋ, ਰੀਅਲਮੀ, ਐਮਆਈ ਦੇ ਫੋਨ ਆਨਲਾਈਨ ਨਾਲੋਂ ਵੀ ਸਸਤੇ ਮਿਲਦੇ ਹਨ। ਇੱਥੇ ਕੋਈ ਵੀ ਨਵਾਂ ਫੋਨ ਖਰੀਦੋ, ਨਾਲ ਪਾਓ ਫ੍ਰੀ ਗਿਫਟ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਘੱਟ ਰੇਟਾਂ ਤੇ ਮੋਬਾਈਲ ਰਿਪੇਅਰ ਵੀ ਕੀਤੀ ਜਾਂਦੀ ਹੈ। ਫਗਵਾੜਾ ਦੇ 20 ਕਿਲੋਮੀਟਰ ਦੇ ਏਰੀਆ ਵਿੱਚ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਸਿੰਗਟ੍ਰੋਨਿਕ ਤੋਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਫੋਨ ਖਰੀਦ ਸਕਦੇ ਹੋ, ਨਾਲ ਮਿਲਣਗੇ ਆਕਰਸ਼ਿਤ ਗਿਫਟ। ਇੱਥੇ ਸੈਕਿੰਡ ਹੈਂਡ ਫੋਨ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਅਸੈਸਰੀ ਵੀ ਮਿਲਦੀ ਹੈ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਗਟ੍ਰੋਨਿਕਸ ਮੋਬਾਈਲਸ ਗੈਜਟਸ ਐਂਡ ਰਿਪੇਅਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 98141 0824, 98552 22000।